ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਸ਼ਹਿਰ ਦੇ ਵਿੱਚ ਅੱਜ ਦਿਨ ਦਿਹਾੜੇ ਨਿਹੰਗਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਨਿਹੰਗ ਬਾਣੇ ਨਿਹੰਗਾਂ ਦੇ ਵੱਲੋਂ ਵਾਰਡ ਨੰਬਰ 6 ਦੇ ਵਿੱਚ ਇੱਕ ਵਿਅਕਤੀ ਸ਼ਮੀਪੁਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਤੇਜ਼ ਧਾਰ ਹਥਿਆਰ ਨਾਲ ਵੱਢ ਦਿੱਤਾ ਗਿਆ ਤੇ ਉਸਦੀ ਮੌਤ ਹੋ ਗਈ। ਸੋ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਹੰਗ ਬਾਣੇ ਦੇ ਵਿੱਚ ਆਏ ਨਿਹੰਗਾਂ ਨੇ ਸ਼ਮੀਪੁਰੀ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ। ਸੋ ਬਾਅਦ ਵਿੱਚ ਤੇਜ਼ ਧਾਰ ਹਥਿਆਰ ਨਾਲ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਸ਼ਮੀਪੁਰੀ ਦੀ ਮੌਤ ਹੋ ਗਈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰਨ ਵਾਲੇ 7 ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਵੀਰ ਜੀ ਕੀ ਨਾਮ ਆਪਣਾ? ਕਰਨਪੁਰੀ। ਹਾਂ ਕਰਨਪੁਰੀ। ਕਰਨ ਜੀ ਕੀ ਗੱਲ ਹੋਈ ਆ? ਇਹ ਨਿਹੰਗ ਸਿੰਘ 5-7 ਆ ਗਏ ਆਪਣੇ ਘਰੇ ਗੱਲ ਪਏ ਆ ਗਏ। ਪਰਮਿੰਦਰ ਸਿੰਘ ਵਲਟੋਏ ਦਾ ਕਟੂਰ ਸਾਹਿਬ ਰਹਿੰਦਾ ਗੋਂਦਵਾ, ਸੋਰੀ ਗੋਂਦਵਾ ਰਹਿੰਦਾ ਜੇਲ੍ਹ ਦੇ ਪਿੱਛੇ। ਅਸੀਂ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਅਸੀਂ ਪੈਸੇ ਦੇ ਤੇ ਰਾਜੀਨਾਮਾ ਹੋ ਗਿਆ। ਫਿਰ 10 ਤੋਂ 15 ਬੰਦੇ ਲੈ ਕੇ ਇਨੋਵਾ ਲੈ ਕੇ ਆ ਗਿਆ, ਸਾਡੇ ਘਰੇ ਕਿਰਪਾਨਾਂ ਲੈ ਕੇ। ਠੀਕ ਹੈ ਜੀ, ਤੇ ਮੈਂ ਬਾਜ਼ਾਰ ਗਿਆ, ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਪੁੱਤ ਘਰੇ ਆਏ ਇਸ ਤਰ੍ਹਾਂ 12-13 ਬੰਦੇ ਆਏ। ਤੇ ਮੈਂ ਉਸੇ ਵੇਲੇ ਆ ਗਿਆ ਘਰੇ ਤੇ ਆਉਂਦਿਆਂ ਨੂੰ ਤੂੰ ਮੈਂ ਮਹਿਲਦੀ ਅਮਨ ਵੀ ਮੇਰਾ ਭਰਾ ਤੇ 2-3 ਜਣੇ ਆਈ ਬਸ, ਉਹ ਵੀ 12-13 ਜਣੇ, ਉਹ 12-13 ਜਣੇ ਇਨੋਵਾ ਦੇ ਪੂਰੀ ਤਿਆਰੀ ਨਾਲ ਆਏ ਕਿਰਪਾਨਾਂ ਕਿਰਪੂਨਾਂ ਲੈ ਕੇ। ਤੁਹਾਨੂੰ ਪਤਾ ਨੀ ਸਾਡੇ ਕੋਈ ਸੰਦ ਨੀ ਹੈਗਾ। ਤੇ ਉਹ ਜਦੋਂ ਉਹਨਾਂ ਨੇ ਗੁੱਟ ਵੱਟਿਆ ਫਿਰ ਆਈ ਇਨੋਵਾ ਦੇ ਸ਼ੀਸ਼ੇ ਭੰਨੇ ਫਿਰ ਉਹ ਅੱਗੇ ਲਾ ਕੇ ਟੱਟਾ ਮਾਰ ਕੇ ਭੱਜ ਗਿਆ। ਕੋਈ ਝਗੜਾ ਨੀ, ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਫਰੋਤੀ ਲੈਂਦਾ ਸਾਡੇ ਕੋਲ ਕਾਹਦੀ ਫਰੋਤੀ ਹੈ? ਐਵੇਂ ਪੈ ਗਈ ਕਿ ਮੈਨੂੰ 1,75,000 ਰੁਪਇਆ ਦੋ। ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ, ਠੰਡੇ ਹੋ ਗਏ ਜਾਓ, ਕੋਈ ਗੱਲ ਨੀ ਗੀ। ਤੇ ਬਾਹਰ ਚਲੇ ਗਏ, ਬਾਹਰ ਕੱਢਦੇ ਰਹੇ ਉਹਨਾਂ ਤੇ ਬਾਹਰ ਆ ਗੁੱਟ ਵੱਢ ਦਿੱਤਾ ਉਹਨਾਂ ਨੇ। ਵੀਡੀਓਗ੍ਰਾਫਰੀ ਹੈਗੀ ਸਾਡੇ ਕੋਲ ਸਾਰੀ, ਕਿਰਪਾਨਾਂ ਮਾਰੀਆਂ ਨਿਹੰਗ ਪਰਮਿੰਦਰ ਸਿੰਘ ਜੀ, ਇੱਕ ਨਿਸ਼ਾਨ ਸਿੰਘ ਜੀ, ਹਾਂਜੀ ਉਹ ਮੁੜਕੇ ਤਕਰਾਰ ਹੋ ਗਿਆ ਉੱਥੇ ਜੀ, ਉੱਥੇ ਇਹਨਾਂ ਨੇ ਕਿਰਪਾਨ ਨਾਲ ਗੁੱਟ ਵੱਢਤਾ ਜੀ। ਇਹ ਤੇ ਬਾਅਦ ਚ ਇਹਨਾਂ ਨੇ ਹਸਪਤਾਲ ਲੈ ਆਂਦਾ ਜੀ ਇਹਨੂੰ। ਹਾਂਜੀ ਮਾਤਾ ਜੀ।